السلام علیکم دوستو، میں ہوں معاویہ خان. تو سنیت پہ میرا یوٹیوب چینل یا فیس بک پیج معاویہ خان ویلاگ. دوستو آج اجتماع دے 3 دیہاڑے پورے تھی گئے. اجتماع تو آج واپسی کریں دے پہ انشاءاللہ. تے سارے دوست یاریاں نو سارے یار کوئی اپنی گلیاں در روانہ تھی دے پہ. تے دوستو سنیت پہ بہت زیادہ رش سی اس ٹائم. سارے دوست ویندے پہ اپنا سامان شمان چایا ہوئے. इंशाल्लाह सही घुमा के अपने समान की सैटिंग करीने है. ते पहुंच गए इतना सारे दोस्त सारे अपने समान की सैटिंग करीने पे हूँ चाहते पैन ये बिस्तर शिस्तर इकट्ठे की थी गण. इधर सारे भाई दनियाल नीम भाई अब्दुल वाहिद भाई सुफियान भाई ते बाकी उन्होंने नाल दूर दोस्त आए हुए. वो सानू इंशाल्लाह नाल सारे नाल आते पैन अगर ये सामने मामा दान समान चाहता भी है. ते बाकी सारे अपना अपना समान चाह के इंशाल्लाह तो रवाना थी दे पे. ते तुसा दुआ करनी है सा खैर खैर नाल पहुंच बनो. ते इस टाइम डांगा तो तू वो तू तरपाला ला के दिया ने ए भाई और गप शप लाई खने हैं. ते इंशाल्लाह हुन वेंदे पे. ये हर बंदा ना अपनी जमात दे जरे बंदे नु अपनी निशानियां चाही हुई हैं सामने जी मेरे दे पे भी बोतल ना चाही वदे हैं. ये सामने इतना भाई और निशानी है क्योंकि इस निशानी के पीछे टुरना पूरी जमात क्योंकि रश होंगे ज्यादातर जो अपने जरे साथी होंगे फिटने का खतरा होंगे. तो ये सामने दोस्त सेल्फियां बनाते पैन. दानियाल भाई खड़ा जमीर भाई खड़े. तो इंशाल्लाह अगर मैं दे पैन हूँ घुमा के गद्दी से चढ़ सूँ. तो आज थको व्यू वीडियो तो व्यू सारा लिखा सूँ क्योंकि अज तमात वापसी है. ये चाचा आशिक मेहता पे वसीम भाई कमरान भाई नाइम भाई वैस भाई हाशर भाई मुजम्मल भाई सुफियान भाई ते बाकी सारे भाई थोड़े सामने सारी वस्ती में रोशनी जो पूरी साड़ी गड्डी आई हुई आई. ते इंशाल्लाह हूँ मैं दे पे गड्डी को ते उतवान के समान लोडिंग करीने. ते आज दा बाकी जरा व्यू थोड़े ना शेयर करे सो फाइनली दोस्त गड्डी को पहुंच गए. तो समान शुमान लोडिंग थींदा भी है. ते इंशाल्लाह बाकी यार वीडियो थोड़े ना शेयर करे सूँ. वलीद भाई मुस्कुरा भी आई बड़ा मज़ेदार विलाग थे उन्होंने आज था. आज इंशाल्लाह वापसी में आते पे. ये दो सूर्य दे पे बहुत खूबसूरत व्यू है. ये गलियाँ शरियाँ तो अपनी रवाना थी पेन वापसी वास्ते. कई गलियाँ रल ਇੱਥੋਂ ਨਿਕਲ ਗਈਆਂ ਅਤੇ ਕੁਝ ਗੱਡੀਆਂ ਹੁਣ ਤਿਆਰ ਥੀ ਕੇ ਨਿਕਲੀਆਂ ਪੈਣ ਤੋਂ ਸਮਾਨ ਸ਼ਮਾਨ ਲੋਡਿੰਗ ਕੀ ਰਹਿੰਦੇ ਪੈਣ. ਇੱਕ ਦੇ ਤੇ ਪਏ ਬਹੁਤ ਜ਼ਿਆਦਾ ਰਸ਼ ਹੈ. ਅਤੇ ਇਨਸ਼ਾਅੱਲਾ ਘਮਾ ਕੇ ਤੁਹਾ ਕੋ ਮਾਹੌਲ ਵੀ ਦੇਖਿਆ ਸੂ. ਅਸਾਂ ਸਮਾਨ ਸ਼ਮਾਨ ਲੋਡ ਕਰ ਛੁੜਿਆ. ਅਤੇ ਇਹ ਸਾਡੇ ਸਾਰੇ ਸਾਥੀ ਬੈਠੇ ਨੇ. ਕੁਝ ਸਾਥੀ ਜੀ ਅੰਦਰ ਹਨ, ਅੱਧੇ ਸਾਥੀ ਅੰਦਰ ਹਨ ਅਤੇ ਅੱਧੇ ਸਾਥੀ ਛੱਤ 'ਤੇ ਬੈਠੇ ਨੇ. ਮੁਜ਼ੰਮਲ ਭਾਈ ਸਲਾਮ ਕੀਤਾ ਸਾਰੇ ਦੋਸਤਾਂ ਨੂੰ. ਇਹ ਨਦੀਮ ਭਾਈ ਹਨ. ਅਤੇ ਇਹ ਇੱਥੋਂ ਦਾ ਵਿਊ ਵੇ ਤਲੂੰ ਵਲੀਦ ਭਾਈ ਬੱਚਾ ਖੜ੍ਹਾ ਅਤੇ ਬਾਕੀ ਰਾਫੇ ਭਾਈ ਅਤੇ ਬਾਕੀ ਦੋਸਤ ਵੀ ਖੜੋਤੇ ਨੇ ਕਾਫੀ ਸਾਰੇ. ਅਤੇ ਇਨਸ਼ਾਅੱਲਾ ਇੱਥੋਂ ਗੱਡੀ ਰਵਾਨਾ ਕਰੀਂਦੇ ਪਏ. ਯੂਨਿਸ ਭਾਈ ਫੈਸਲ ਭਾਈ ਅਸਲਮ ਭਾਈ ਅਤੇ ਬਾਕੀ ਸਾਰੇ ਭਾਈ ਬੈਠੇ ਨੇ ਸੁਣੇ ਦੇ ਪਏ ਵੀ. ਹੁਣ ਅਸਾਂ ਕਿ ਇਸ ਟਾਈਮ ਨਾਲ ਥੋੜ੍ਹੇ ਛੱਤ ਦਾ ਇੰਜੋਏ ਕਰੂੰ ਦੋਸਤਾਂ ਨਾਲ ਵੀਡੀਓ ਬਣਾ ਸੂੰ ਅਤੇ ਸ਼ੇਅਰ ਵੀ ਕਰੇ ਸੀ ਦੋਸਤਾਂ ਨੂੰ. ਇਹ ਇੱਥੋਂ ਸਾਨੂੰ ਨਿਕਲਦੇ ਮੈਂ ਪਾਰਕ ਜੀ ਤਾਂ ਗੱਡੀਆਂ ਦਾ ਬਹੁਤ ਜ਼ਿਆਦਾ ਰਸ਼ ਹੈ. ਅਤੇ ਇਨਸ਼ਾਅੱਲਾ ਖਾਵਾਂ ਕਿ ਤੁਹਾਡੇ ਨਾਲ ਯਾਰ ਵੀਡੀਓ ਵੀ ਸ਼ੇਅਰ ਕਰੇ ਸੀ ਤੁਹਾਡੇ ਨਾਲ ਆਉਂਦੇ. ਅੱਜ ਦੀ ਵਲਾਗ ਬੜਾ ਮਜ਼ੇਦਾਰ ਥੋੜ੍ਹਾ ਨਾਲ ਸੁਣੇ ਹੋਏ ਜੋਨੇ ਭਾਈ ਬੈਠੇ. ਅਤੇ ਬਾਕੀ ਇਹ ਵਿਊ ਹੈ ਸਾਰਾ ਗੱਡੀਆਂ ਦਾ ਕਾਫੀ ਰਸ਼ ਹੈ. ਅਸਾਂ ਮੇਨ ਰੋਡ 'ਤੇ ਚੜ੍ਹੇ. ਇਨਸ਼ਾਅੱਲਾ ਖਾਵਾਂ ਕਿ ਇੱਥੇ ਤੁਹਾਨੂੰ ਵਿਊ ਵੀ ਲਿਖਿਆ ਸੋ ਤੁਸੀਂ ਸਾਰਿਆਂ ਨਾਲ ਜੁੜਾ ਰਹਿਣਾ. ਅੱਜ ਦੀ ਵੀਡੀਓ ਬੜੀ ਮਜ਼ੇਦਾਰ ਥੀ ਬਣਾ ਦੀ. ਛੱਤ ਸਾਰੀ ਭਰੀ ਹੋਈ ਸਾਰੇ ਦੋਸਤ ਸ਼ੋਸਤ ਬੈਠੇ ਹੋਏ ਨੇ. ਅਤੇ ਬਾਕੀਆਂ ਗਲੀਆਂ ਪਿੱਛੋਂ ਆਉਂਦੀਆਂ ਪਈਆਂ. ਅੱਜ ਦੀ ਵੀਡੀਓ ਬੜੀ ਮਜ਼ੇਦਾਰ ਥੀ ਬਣਨ ਵਾਲੀ. ਇਤਮਾਹ ਦੀ ਵੀਡੀਓ ਵੀ ਅਸਾਂ ਵੱਖਰੀ ਬਣਾਈ ਆਈ. ਦੁਆ ਦੀ ਵੀ ਵੱਖਰੀ ਬਣਾਈ ਆਈ. ਉਹ ਅਸਾਂ ਇਸ ਚੈਨਲ 'ਤੇ ਲਾ ਛੋਣੀਆਂ. ਉਹ ਇਹਨਾਂ ਵੀ ਇਸ ਵੀਡੀਓ ਤੋਂ ਪਹਿਲੀਆਂ ਰੂ ਵੀਡੀਓ ਨੇ ਉਹ ਸਮਝ ਕੇ ਦੇਖ ਸਕਦੇ ਸਾਡੇ ਚੈਨਲ ਮੁਆਵਿਆ ਖਾਨ ਵਲਾਗ 'ਤੇ. ਉਹ ਵੀਡੀਓ ਲੱਗੀ ਹੋਈ ਬੜੀ ਮਜ਼ੇਦਾਰ ਵੀਡੀਓ ਹੈ. ਇਹ ਸਾਹਮਣੇ ਜਿਹੜੇ ਛੱਕੜੇ ਬਾਈ ਸਾਰੇ ਬੈਠੇ ਨੇ ਧਮਾਲ ਵਾਲਿਆਂ ਦੇ ਪਠਾਣ ਬਾਈ. ਇਹਨਾਂ ਤਕਰੀਬਨ ਛੱਕੜੇ ਕੀਤੇ ਹੋਏ ਨੇ. ਇੱਥੋਂ ਰੋਡ 'ਤੇ ਆਵਾਂ ਬਹੁਤ ਜ਼ਿਆਦਾ ਖੜੀ ਹੈ ਕਿਉਂਕਿ ਹੁਣ ਉਹ ਤਮਾਮ ਮੁੱਕ ਚੁੱਕੇ. ਹੁਣ ਵਾਪਸੀ ਹੈ ਸਾਰੇ ਹਰ ਬਾਈ ਆਪਣੇ ਆਪਣੇ ਘਰ ਵਹਿੰਦੇ ਪੈਣ.
ਇਹ ਰੋਡ 'ਤੇ ਗੱਡੀਆਂ ਲੱਗੀਆਂ ਖੜੀਆਂ ਦੇਖਦੇ ਪਏ ਹੋ ਤੁਸੀਂ। ਦੋਸਤ ਦੇਖਦੇ ਪਏ ਹੋ ਬਹੁਤ ਜ਼ਿਆਦਾ ਰਸ਼, ਮੇਨ ਰੋਡ 'ਤੇ ਆ ਗਏ। ਤੁਸੀਂ ਦੇਖਦੇ ਪਏ ਬਹੁਤ ਦੂਰ ਦੂਰ ਤੱਕ ਗਲੀਆਂ ਨਜ਼ਰ ਆਉਂਦੀਆਂ ਪਈਆਂ, ਰਸ਼ ਦੇਖਦੇ ਪਏ ਹੋ। ਬਾਕੀ ਮਾਹੌਲ ਅੱਜ ਦੇ ਕਿੰਨੀ ਦੇਰ ਹੀ ਸਾਨੂੰ ਕਦੀ ਪੁੱਛਿਆ ਨਹੀਂ ਗਾ, ਕਿਉਂਕਿ ਰਸ਼ ਅੱਜ ਬਹੁਤ ਜ਼ਿਆਦਾ ਹੈ। ਇੱਡੇ ਦੇਖੋ ਪਠਾਨ ਬਾਈਆਂ ਦੀ ਸੈਟਿੰਗ ਚੈੱਕ ਕਰੋ, ਸ਼ਜ਼ੋਰ ਦੇ ਉੱਤੇ ਨਾਲ ਪੌੜੀਆਂ ਲੱਗੀਆਂ ਹੋਲ ਫਲਾਈ ਦੀ ਵੀਡੀਓ ਬੜੀ ਮਜ਼ੇਦਾਰ ਥੀ ਬਣਾ ਲਈਏ ਦੋਸਤੋ। ਅਸੀਂ ਖੜ ਗਏ ਕਿਉਂਕਿ ਰਸ਼ ਬਹੁਤ ਜ਼ਿਆਦਾ ਥੀ ਹੈ। ਤੁਸੀਂ ਦੇਖਦੇ ਪਏ ਹੋ ਬਹੁਤ ਗੱਡੀ 'ਤੇ ਗੱਡੀ ਆਉਂਦੀ ਪਈ ਹੈ ਇਸ ਟਾਈਮ, ਅਤੇ ਤੁਸੀਂ ਦੁਆ ਕਰਨੀ ਅਸਾਂ ਖੈਰ ਖਰੀਅਤ ਨਾਲ ਪਹੁੰਚ ਬਣੀ। ਦੇਖਦੇ ਪਏ ਹੋ ਸਾਹਮਣੇ ਨਾ ਕੁੜੀਆਂ ਕੋਸਟਰ ਦੀ ਛੱਤ ਦੇ ਵਿੱਚ ਨਿੱਕੀ ਕੋਠੀ 'ਚ ਬੰਦੇ ਹਨ, ਅਤੇ ਅਸਾਂ ਇਸ ਟਾਈਮ ਟੋਲ ਪਲਾਜ਼ੇ 'ਤੇ ਪਹੁੰਚ ਗਏ। ਇਹ ਟੋਲ ਪਲਾਜ਼ੇ ਦਾ ਵਿਊ ਹੈ, ਛੱਤ 'ਤੇ ਆਵਾਮ ਬਹੁਤ ਜ਼ਿਆਦਾ ਬੈਠੀ ਹੋਈ ਹੈ। ਇਹ ਦੇਖਦੇ ਪਏ ਬਹੁਤ ਜ਼ਿਆਦਾ ਰਸ਼ ਹੈ, ਟੂਲ ਪਲਾਜ਼ੇ 'ਤੇ ਖੜ੍ਹੇ ਹਾਂ ਅਸੀਂ, ਹੁਣ ਇਸ ਜਗ੍ਹਾ 'ਤੇ ਨਿਕਲੇ ਮੈਨੇ ਗੱਡੀਆਂ ਦਾ ਰਸ਼ ਹੈ, ਅਤੇ ਬਾਕੀ ਮਾਹੌਲ ਵੀ ਤੁਹਾਡੇ ਨਾਲ ਸ਼ੇਅਰ ਕਰੇ ਸੂੰ। ਗੱਡੀਆਂ 'ਤੇ ਮਿਲਦੀਆਂ ਪਈਆਂ ਟੂਲ ਪਲਾਜ਼ੇ 'ਤੇ, ਸਿਆਲ ਮੋੜ ਟੂਲ ਪਲਾਜ਼ਾ, ਅਤੇ ਬੜਾ ਅੱਛਾ ਮਾਹੌਲ ਆਉਂਦਾ ਪਿਆ ਅਤੇ ਬੜਾ ਮਜ਼ੇਦਾਰ ਵਿਊ ਹੈ। ਤੁਸੀਂ ਆਪਣੀ ਰਾਏ ਦੱਸਣੀ ਹੈ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਦੇਖਦੇ ਪਏ ਹੋ ਵਲੌਗ। ਦੋਸਤੋ ਬਹੁਤ ਜ਼ਿਆਦਾ ਰਸ਼ ਵੱਧ ਗਈ ਹੈ, ਹੁਣ ਰਾਤ ਹੀ ਕਾਫੀ ਹੋ ਗਈ ਹੈ। ਚੰਦ ਘੰਟਾ ਸਫ਼ਰ ਕਰਨ ਤੋਂ ਬਾਅਦ ਮੈਂ ਇੱਕ ਆਖਰੀ ਕਲਿੱਪ ਬਣਾ ਕਿੰਨਾ, ਕਿਉਂਕਿ ਬਹੁਤ ਜ਼ਿਆਦਾ ਅੰਧੇਰਾ ਹੋ ਗਿਆ, ਇਸ ਟਾਈਮ ਰਾਤ ਹੋ ਗਈ ਹੈ। ਅਤੇ ਅਗਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਅੱਛੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ, ਅਤੇ ਅੱਛੇ ਅੱਛੇ ਆਪਣੀ ਰਾਏ ਦੱਸਣੀ। ਇਨਸ਼ਾਅੱਲਾ ਨਵੇਂ ਵਿਦਾ ਵੀ ਮਿਲ ਜੂ, ਤਬ ਤੱਕ ਕੇ ਲਈ ਅੱਲਾ ਹਾਫਿਜ਼।